ਅਮਰੀਕਾ ਦੇ ਪੈਂਟਸਿਲਵੇਨੀਆ ਸੂਬੇ ਦੇ ਵਿੱਚ ਦੰਦਾਂ ਦੇ ਇਲਾਜ ਅਤੇ ਇਸ ਦੇ ਨਾਲ ਸੰਬੰਧਿਤ ਕਾਰੋਬਾਰਾਂ ਦੇ ਇੱਕ ਬਹੁ-ਰਾਜੀ ਨੈੱਟਵਰਕ ਰਾਹੀਂ ਇੱਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ 9 ਭਾਰਤੀ ਅਮਰੀਕੀਆਂ ਅਤੇ ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤੀ ਦਸਤਾਵੇਜ਼ ਦੇ ਅਨੁਸਾਰ ਇਹਨਾਂ 12 ਵਿਅਕਤੀਆਂ ਨੇ ਦੰਦਾਂ ਦੇ ਇਲਾਜ ਅਤੇ ਇਸ ਦੇ ਨਾਲ ਸੰਬੰਧਤ ਕੰਪਨੀਆਂ ਵਿੱਚ ਹਿੱਸਾ ਲਿਆ ਅਤੇ ਉਹਨਾਂ ਨੂੰ ਚਲਾਇਆ ਜੋ ਵੀਜ਼ਾ ਧੋਖਾਧੜੀ, ਸਿਹਤ ਸੰਭਾਲ ਧੋਖਾਧੜੀ, ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਵਿੱਚ ਸ਼ਾਮਲ ਲੇ। ਅਮਰੀਕੀ ਵਿਪਾਂਖ ਦੇ ਵੱਲੋਂ ਜਾਰੀ ਪ੍ਰੈਸ ਅਨੁਸਾਰ ਉਹਨਾਂ ਵਿੱਚੋਂ 6 ਜਾਣਿਆਂ ਤੇ ਸਵਾਨੀ ਗਰੁੱਪ 'ਚ ਉਹਨਾਂ ਦੀ ਭੂਮਿਕਾ ਦੇ ਆਧਾਰ 'ਤੇ ਠੱਗੀ ਤੋਂ ਪ੍ਰਭਾਵਿਤ ਪੁਰੀਸ਼ਟ ਸੰਗਠਨ ਦੀ ਸਾਜ਼ਿਸ਼ ਦਾ ਹਿੱਸਾ ਹੋਣ ਦਾ ਦੋਸ਼ ਲਗਾਇਆ ਗਿਆ ਅਤੇ 3 ਹੋਰਾਂ ਤੇ ਨਿਆਂ ਦੇ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੈਂਸਿਲਵੇਨੀਆ ਵਾਸੀ 57 ਸਾਲਾ ਭਾਸਕਰ ਸਵਾਨੀ ਅਤੇ 51 ਸਾਲਾ ਨਰਿੰਜਨ ਸਵਾਨੀ ਗਰੁੱਪ ਦਾ ਸੰਚਾਲਨ ਕਰਦੇ ਨੇ ਉਹ ਦੋਵੇਂ ਲਾਇਸੈਂਸ ਸ਼ੁਦਾ ਦੰਦਾਂ ਦੇ ਡਾਕਟਰ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ 55 ਸਾਲਾ ਅਰुण ਜਵਾਨੀ ਗਰੁੱਪ ਦੀ ਕੰਪਨੀਆਂ ਦਾ ਮਾਲਕ ਹੈ ਅਤੇ ਉਸਤੇ ਪ੍ਰਬੰਧਨ ਅਤੇ ਵਿੱਤੀ ਮਾਮਲਿਆਂ ਦੇ ਲਈ ਜ਼ਿੰਮੇਵਾਰ ਸੀ ਤਿੰਨ ਭਰਾਵਾਂ ਪਾਸਕਰ ਨਿਰੰਜਨ ਅਤੇ ਅਰुण ਨੇ ਅਮਰੀਕੀ ਵਰਕ ਵੀਜ਼ਾ ਦੇ ਲਈ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਸਾਜਿਸ਼ ਰਚੀ ਅਤੇ ਕਥਿਤ ਤੌਰ ਤੇ ਕਾਮਿਆਂ ਦੀਆਂ ਨੌਕਰੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਸੱਚੀ ਜਾਣਕਾਰੀ ਲੁਕੋਈ ਤਿੰਨਾਂ ਨੇ 20 ਫਰਵਰੀ ਨੂੰ ਅਦਾਲਤ ਵਿੱਚ ਆਪਣੀ ਪਹਿਲੀ ਦੇਸ਼ੇ ਦਿੱਤੇ ਸੀ ਮੁਲਜ਼ਮ ਸੁਨੀਲ ਫਿਲਪਸ ਵਾਨੀ ਗਰੁਪਤਾ ਲੇਖਾਕਾਰ ਅਤੇ ਪਾਸਕਰ ਅਰुण ਅਤੇ ਨਰਿੰਜਨ ਦਾ ਨਿੱਜੀ ਲੇਖਾਕਾਰ ਹੈ ਸੰਗੀ ਵਕੀਲਾ ਨੇ ਦੋਸ਼ ਲਗਾਇਆ ਕਿ ਫਿਲਪ ਨੇ ਪਾਸਕਰ ਅਰुण ਅਤੇ ਨਰਿੰਜਨ ਨਾਲ ਮਿਲ ਕੇ ਟੈਕਸ ਚੋਰੀ ਕਰਨ ਦੀ ਸਾਜ਼ਿਸ਼ ਰਚੀ ਸੀ ਇਹਨਾਂ ਤੋਂ ਇਲਾਵਾ ਅਮਨ ਢਿੱਲੋਂ ਅਲੈਗਜ਼ੈਂਡਰ ਰੌਡਮਾਰਕ ਜ਼ੌਨ ਜ਼ੁਲਿਆਨ ਵਿਵੇਕ ਸਵਾਨੀ ਆਦਵੀ ਸ਼ਾਮਲ ਨੇ